ਜੇਮਸ ਹਰਿਸਨ ਨੇ ਹਜ਼ਾਰ ਤੋਂ ਵੀ ਵੱਧ ਵਾਰ ਖੂਨਦਾਨ ਕਰਕੇ 2 ਮਿਲੀਅਨ ਤੋਂ ਵੱਧ ਅਨਜਮੇ ਬੱਚਿਆਂ ਦੀ ਰੈਸਸਸ ਬਿਮਾਰੀ ਤੋਂ ਜਾਨ ਬਚਾਈ ਹੈ ਜੋ ਕਿ ਇੱਕ ਵਿਸ਼ਵ ਰਿਕਾਰਡ ਹੈ ਦੁਨੀਆ ਦੇ 5% ਲੋਕਾਂ ਨੂੰ ਨੀਂਦ ਵਿੱਚ ਚੱਲਣ ਦੀ ਬਿਮਾਰੀ ਹੈ ਅਤੇ 15% ਨੂੰ ਨੀਂਦ ਵਿੱਚ ਬੋਲਣ ਦੀ ਸਰਦਾਰ ਮੱਖਣ ਸਿੰਘ ਇੱਕੋ ਅਤੇ ਇਕਲੌਤਾ ਐਥਲੀਟ ਹੈ ਜਿਸ ਨੇ ਕਲਕੱਤਾ ਵਿੱਚ 1962 ਦੀਆਂ ਭਾਰਤ ਦੀਆਂ ਰਾਸ਼ਟਰੀ ਖੇਡਾਂ ਵਿੱਚ ਮਿਲਖਾ ਸਿੰਘ ਨੂੰ ਹਰਾਇਆ ਅਤੇ ਉਸ ਵੇਲੇ ਮਸ਼ਹੂਰ ਹੋਇਆ ਸੀ ਪਰੰਤੂ ਗੰਦੇ ਸਿਸਟਮ ਅਤੇ ਪੱਖਪਾਤ ਕਰਕੇ ਬਾਅਦ ਵਿੱਚ ਇਤਿਹਾਸ ਵਿੱਚ ਉਸ ਦਾ ਨਾਮ ਗੁੰਮ ਗਿਆ ਦੜਾਕ ਸਰਦਾਰ ਮੱਖਣ ਸਿੰਘ ਸੈਨਾ ਵਿੱਚ ਸੂਬੇਦਾਰ ਵਜੋਂ ਸੇਵਾਮੁਕਤ ਹੋਇਆ ਉਸ ਨੂੰ ਅਰਜਨ ਅਵਾਰਡ ਨਾਲ ਵੀ ਨਿਵਾਜਿਆ ਗਿਆ ਸੀ ਜਾਪਾਨ ਵਿੱਚ ਅਜ ਤੱਕ ਕੋਈ ਵੀ ਟ੍ਰੇਨ 18 ਸੈਕਿੰਡ ਤੋਂ ਜ਼ਿਆਦਾ ਲੇਟ ਨਹੀਂ ਹੋਈ ਅਤੇ ਕੁਝ ਸੈਕਿੰਡ ਲੇਟ ਹੋਣ ਤੇ ਵੀ ਰੇਲਵੇ ਕੰਡਕਟਰ ਯਾਤਰੀਆਂ ਤੋਂ ਮਾਫੀ ਮੰਗਦਾ ਹੈ ਅਜ਼ਰਬਾਈਜਾਨ ਦੇਸ਼ ਦੀ ਰਾਜਧਾਨੀ ਬਾਕੂ ਵਿੱਚ ਇਸ ਕੰਧ ਉੱਤੇ ਇਲਾਹੀ ਮੂਲ ਮੰਤਰ ਉਕਰਿਆ ਹੋਇਆ ਮਿਲਿਆ ਹੈ ਇਹ ਕੋਈ 1512 ਈਸਵੀ ਦਾ ਹੈ ਜਦੋਂ ਗੁਰੂ ਨਾਨਕ ਦੇਵ ਜੀ ਉੱਥੇ ਗਏ ਸਨ ਭਾਰਤ ਤੋਂ ਇਸ ਦੇਸ਼ ਦੀ ਦੂਰੀ 3700 ਕਿਲੋਮੀਟਰ ਦੂਰ ਬੰਦੀ ਹੈ। ਦਿੱਲੀ ਵਿੱਚ ਰਹਿਣ ਵਾਲੇ ਇਸ ਇਨਸਾਨ ਦਾ ਨਾਮ ਕਰਨ ਹੈ। ਇਸਨੇ ਲੱਖਾਂ ਰੁਪਏ ਲਗਾ ਕੇ ਆਪਣੀ ਅੱਖਾਂ ਦੇ ਡੇਲਿਆਂ ਵਿੱਚ ਟੈਟੂ ਬਣਵਾਇਆ ਹੈ। ਇਸ ਟੈਟੂ ਨੂੰ ਆਸਟ੍ਰੇਲੀਆ ਦੇ ਇੱਕ ਆਰਟਿਸਟ ਨੇ ਬਣਾਇਆ ਹੈ। 81 ਸਾਲਾਂ ਦੇ ਸ਼ਿਵਚਰਨ ਯਾਦਵ ਨੇ 46 ਵਾਰ ਦਸਵੀਂ ਦੀ ਪ੍ਰੀਖਿਆ ਦਿੱਤੀ ਹੈ ਅਤੇ ਲਗਾਤਾਰ 46 ਵਾਰ ਫੇਲ ਹੋ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਵਾਰ ਉਸਦੇ ਦਸਵੀਂ ਦੇ ਹਿੰਦੀ ਦੇ ਪੇਪਰ ਵਿੱਚ 3, ਅੰਗਰੇਜ਼ੀ ਵਿੱਚ 0 ਅਤੇ ਗਣਿਤ ਵਿੱਚ 9 ਨੰਬਰ ਆਏ ਸਨ। ਇੰਨੀ ਕੋਇਕ ਚੈਂਬਰ ਦੁਨੀਆ ਦੀ ਸਭ ਤੋਂ ਸ਼ਾਂਤ ਜਗ੍ਹਾ ਹੈ। ਇਹ ਔਰਫੀਲਡ ਲੈਬੋਰਟਰੀਜ਼, ਮਿਨੀਸੋਟਾ ਅਮਰੀਕਾ ਵਿੱਚ ਸਥਿਤ ਹੈ। ਇੱਥੇ ਤੁਸੀਂ ਆਪਣੇ ਦਿਲ ਦੀ ਧੜਕਣ, ਫੇਫੜਿਆਂ ਅਤੇ ਪੇੜ ਦੀਆਂ ਆਵਾਜ਼ਾਂ ਵੀ ਉੱਚੀ ਸੁਣ ਸਕਦੇ ਹੋ। ਇੱਥੇ ਅੱਜ ਤੱਕ ਕੋਈ ਵੀ ਇਨਸਾਨ 45 ਮਿੰਟ ਤੋਂ ਜ਼ਿਆਦਾ ਨਹੀਂ ਬੈਠ ਸਕਿਆ। ਇੱਕ ਦਰਖਤ ਇੰਨੀ ਠੰਡ ਪੈਦਾ ਕਰਦਾ ਹੈ ਜਿੰਨੀ ਇੱਕ ਏਸੀ 10 ਕਮਰਿਆਂ ਵਿੱਚ 20 ਘੰਟਿਆਂ ਤੱਕ ਚੱਲਣ ਤੇ ਕਰਦਾ ਹੈ। ਜਿਹੜਾ ਇਲਾਕਾ ਦਰਖਤਾਂ ਨਾਲ ਘਿਰਿਆ ਹੁੰਦਾ ਹੈ, ਉਹ ਦੂਸਰੇ ਇਲਾਕਿਆਂ ਦੀ ਤੁਲਨਾ ਵਿੱਚ 9 ਡਿਗਰੀ ਤੱਕ ਠੰਡਾ ਹੁੰਦਾ ਹੈ। ਪਟਿਆਲਾ ਦੁਨੀਆ ਦਾ ਇਕੱਲਾ ਅਜੀਹਾ ਸ਼ਹਿਰ ਹੈ ਜਿਸ ਦੇ ਨਾਮ ਤੇ ਕੋਟ ਹੈ ਬੈਂਕ ਹੈ ਸੂਟ ਹੈ ਪੱਗ ਹੈ ਸਲਵਾਰ ਹੈ ਅਤੇ ਜੁੱਤੀ ਹੈ ਜਰਮਨੀ ਵਿੱਚ ਜਦੋਂ ਸਰਕਾਰ ਨੇ ਪੈਟਰੋਲ ਦੇ ਰੇਟ ਵਧਾਏ ਤਾਂ 1 ਘੰਟੇ ਦੇ ਅੰਦਰ ਲੋਕ ਆਪਣੀਆਂ ਕਾਰਾਂ ਰੋਡ ਦੇ ਉੱਤੇ ਛੱਡ ਕੇ ਚਲੇ ਗਏ 10 ਲੱਖ ਤੋਂ ਜ਼ਿਆਦਾ ਕਾਰਾਂ ਰੋਡ ਤੇ ਖੜੀਆਂ ਦੇਖ ਕੇ ਸਰਕਾਰ ਨੂੰ ਰੇਟ ਘਟਾਉਣੇ ਪਏ ਰਾਜਸਥਾਨ ਦੇ ਇੱਕ ਪਿੰਡ ਪਿਪਲਾਂਤਰੀ ਵਿੱਚ ਕਿਸੇ ਦੇ ਵੀ ਘਰ ਲੜਕੀ ਪੈਦਾ ਹੋਣ ਤੇ 111 ਪੌਦੇ ਲਗਾਏ ਜਾਂਦੇ ਹਨ ਅਤੇ ਪਿੰਡ ਵਾਲੇ ਆਪਸ ਵਿੱਚ 21000 ਰੁਪਏ ਇਕੱਠੇ ਕਰਕੇ ਅਤੇ 10000 ਕੁੜੀ ਦੇ ਪਰਿਵਾਰ ਤੋਂ ਲੈ ਕੇ 31000 ਰੁਪਏ ਦੀ ਐਫਡੀ ਕਰਵਾ ਦਿੰਦੇ ਹਨ ਜੋ 20 ਸਾਲ ਬਾਅਦ ਕੁੜੀ ਦੇ ਵਿਆਹ ਜਾਂ ਪੜ੍ਹਾਈ ਲਈ ਹੀ ਮਿਲਦੇ ਹਨ ਕੀ ਤੁਹਾਨੂੰ ਪਤਾ ਹੈ ਵੱਡੀਆਂ ਸ਼ਰਾਬ ਕੰਪਨੀਆਂ ਵਿੱਚ ਵਿਸਕੀ ਟੈਸਟਰ ਨਾਮ ਦੀ ਇੱਕ ਨੌਕਰੀ ਹੁੰਦੀ ਹੈ ਜਿਸ ਵਿੱਚ ਤੁਸੀਂ ਸ਼ਰਾਬ ਪੀ ਕੇ ਚੈੱਕ ਕਰਨੀ ਹੁੰਦੀ ਹੈ ਕਿ ਸ਼ਰਾਬ ਵਿੱਚ ਕੋਈ ਖਰਾਬੀ ਤਾਂ ਨਹੀਂ ਅਤੇ ਇਸ ਨੌਕਰੀ ਦੇ ਲਈ 47 ਲੱਖ ਰੁਪਏ ਤਨਖਾਹ ਵੀ ਮਿਲਦੀ ਹੈ ਸਾਲ 1963 ਵਿੱਚ ਜਦੋਂ ਭਾਰਤ ਸਰਕਾਰ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੈਸ ਤੇ ਭਾਰਤ ਦਾ ਝੰਡਾ ਲਹਿਰਾਉਣ ਦੀ ਗੱਲ ਕਹੀ ਸੀ ਉਸ ਸਮੇਂ ਇਸ ਚੋਟੀ ਦੀ ਉਚਾਈ ਵੇਖ ਕੇ ਸਭ ਦਾ ਕਲੇਜਾ ਬਾਹਰ ਆਉਂਦਾ ਸੀ ਭਾਰਤ ਵੱਲੋਂ ਦੋ ਵਾਰ ਇਸ ਚੋਟੀ ਨੂੰ ਸਰ ਕਰਨ ਦੀ ਸਫਲ ਕੋਸ਼ਿਸ਼ ਤੋਂ ਬਾਅਦ ਉਸ ਸਮੇਂ ਪੰਜਾਬੀ ਅਵਤਾਸ ਸਿੰਘ ਟੀਮਾ ਅਤੇ ਐਚਪੀਏ ਚਾਲੂ ਵਾਲਿਆਂ ਨੇ ਆਪਣੇ ਹੋਰ ਤਿੰਨ ਮੈਂਬਰਾਂ ਨਾਲ 20 ਮਈ 1963 ਪਹਿਲੀ ਕੋਸ਼ਿਸ਼ ਵਿੱਚ ਹੀ ਭਾਰਤੀ ਤਿਰੰਗਾ ਮਾਉਂਟ ਐਵਰੈਸ ਤੇ ਝਾਂ ਲਹਿਰਾਇਆ ਸੀ ਪਾਤੀ ਇਤਿਹਾਸ ਵਿੱਚ ਸਭ ਤੋਂ ਪਹਿਲਾਂ ਇਸ ਚੋਟੀ ਨੂੰ ਸਰ ਕਰਕੇ ਤਿਰੰਗਾ ਲਹਿਰਾਉਣ ਦਾ ਰਿਕਾਰਡ ਇਨ੍ਹਾਂ ਪੰਜਾਬੀਆਂ ਦੇ ਨਾਂ ਹੀ ਹੈ। ਦਾੜੀ ਰੱਖਣ ਨਾਲ ਅਸਥਮਾ ਹੋਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ ਕਿਉਂਕਿ ਦਾੜੀ ਇੱਕ ਕੁਦਰਤੀ ਫਿਲਟਰ ਦੀ ਤਰ੍ਹਾਂ ਕੰਮ ਕਰਦੀ ਹੈ। ਫੁੱਟਬਾਲ ਦੇ ਭਗਵਾਨ ਕਹੇ ਜਾਣ ਵਾਲੇ ਲਿਓਨਲ ਮੈਸੀ ਦੀ ਫੈਨ ਫਾਲੋਇੰਗ ਨੂੰ ਦੇਖਦੇ ਹੋਏ ਅਰਜنٹੀਨਾ ਦੇਸ਼ ਦੀ ਸਰਕਾਰ ਨੇ ਇੱਕ ਨਿਯਮ ਬਣਾਇਆ ਕਿ ਦੇਸ਼ ਵਿੱਚ ਕੋਈ ਵੀ ਆਪਣੇ ਬੱਚੇ ਦਾ ਨਾਮ ਮੈਸੀ ਨਹੀਂ ਰੱਖ ਸਕਦਾ ਕਿਉਂਕਿ ਸਰਕਾਰ ਨੂੰ ਡਰ ਸੀ ਕਿ ਭਵਿੱਖ ਵਿੱਚ ਮੈਸੀ ਨਾਮ ਦੇ ਇੰਨੇ ਬੱਚੇ ਹੋ ਜਾਣਗੇ। ਕਿ ਉਹਨਾਂ ਦੀ ਪਛਾਣ ਕਰਨਾ ਮੁਸ਼ਕਿਲ ਹੋ ਜਾਵੇਗਾ। ਵੀਡੀਓ ਚੰਗੀ ਲੱਗੀ ਹੋਵੇ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ।